ਰੇਲਵੇ ਸਟੇਸ਼ਨ ਦੇ ਉੱਤੇ ਇੱਕ ਮਹਿਲਾ ਟੀਟੀ ਦੀ ਸ਼ਰੇਆਮ ਦਬੰਗਈ ਦੇਖਣ ਨੂੰ ਮਿਲੀ ਹੈ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਕਿ ਮਾਮੂਲੀ ਗੱਲ ਨੂੰ ਲੈ ਕੇ ਇੱਕ ਵਿਦਿਆਰਥਣ ਦੇ ਨਾਲ ਟੀਟੀ ਦੀ ਬਹਿਸ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਸਟੇਸ਼ਨ ਦੇ ਉੱਤੇ ਹੀ ਉਸ ਮਹਿਲਾ ਟੀਟੀ ਦੇ ਵੱਲੋਂ ਵਿਦਿਆਰਥਣ ਦੇ ਥੱਪੜ ਮਾਰੇ ਜਾਂਦੇ ਨੇ। ਹਾਲਾਂਕਿ ਉਸ ਨੂੰ ਗੱਲ ਤੋਂ ਵੀ ਫੜਿਆ ਜਾਂਦਾ ਅਤੇ ਉਸ ਦੇ ਨਾਲ ਖਿੱਚ ਧੋ ਵੀ ਕੀਤੀ ਗਈ ਹੈ। ਤਾਂ ਤਸਵੀਰਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ। ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਕਿ ਤਿੰਨ ਮਹਿਲਾ ਟੀਟੀ ਇੱਕ ਸਟੇਸ਼ਨ ਦੇ ਉੱਤੇ ਖੜੀਆਂ ਨੇ ਤੇ ਇੱਕ ਵਿਦਿਆਰਥਣ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਹਾਲਾਂਕਿ ਉਸ ਵਿਦਿਆਰਥਣ ਨੂੰ ਕਦੇ ਗੱਲ ਤੋਂ ਫੜ ਕੇ ਖਿੱਚਿਆ ਜਾਂਦਾ ਤੇ ਕਦੇ ਉਸਦੇ ਥੱਪੜ ਮਾਰੇ ਜਾਂਦੇ ਨੇ। ਪਰ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਤੇ ਰੇਲਵੇ ਵਿਭਾਗ ਹਰਕਤ ਦੇ ਵਿੱਚ ਆਇਆ ਤੇ ਹੁਣ ਇਸ ਦੇ ਜਾਂਚ ਦੇ ਆਦੇਸ਼ ਦੇ ਦਿੱਤੇ ਨੇ। ਦਰਅਸਲ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਯੂਪੀ ਦੇ ਬਰੇਲੀ ਸਟੇਸ਼ਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਦਿਆਰਥਣ ਦੇ ਨਾਲ ਮਹਿਲਾ ਟੀਟੀ ਦੀ ਬਹਿਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਮਾਮਲਾ ਇੰਨਾ ਕੁ ਵੱਧ ਜਾਂਦਾ ਹੈ ਕਿ ਤਿੰਨ ਮਹਿਲਾ ਟੀਟੀ ਉੱਥੇ ਇਕੱਠੀਆਂ ਹੋ ਕੇ ਇਸ ਵਿਦਿਆਰਥਣ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਹਾਲਾਂਕਿ ਕੋਲ ਹੀ ਖੜ੍ਹੇ ਇੱਕ ਸ਼ਖਸ ਦੇ ਵੱਲੋਂ ਇਸਦੀ ਵੀਡੀਓ ਬਣਾਈ ਜਾਂਦੀ ਹੈ ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਗਈ ਹੈ। ਤਾਂ ਦੱਸ ਦਈਏ ਕਿ ਯੂਪੀ ਦੇ ਬਰੇਲੀ ਸਟੇਸ਼ਨ ਦੇ ਉੱਤੇ ਇੱਕ ਮਹਿਲਾ ਟੀਟੀ ਦੀ ਸ਼ਰੇਆਮ ਦਬੰਗਈ ਦੇਖਣ ਨੂੰ ਮਿਲੀ ਹੈ ਜਿੱਥੇ ਇੱਕ ਵਿਦਿਆਰਥਣ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਕਦੇ ਉਸਨੂੰ ਫੜ ਕੇ ਖਿੱਚਿਆ ਜਾਂਦਾ ਹੈ ਅਤੇ ਕਦੇ ਉਸਦੇ ਗਲਾਵਿਆਂ ਤੋਂ ਫੜ ਕੇ ਉਸਦੇ ਮੂੰਹ 'ਤੇ ਥੱਪੜ ਮਾਰੇ ਜਾਂਦੇ ਨੇ। ਤਾਂ ਇਹ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਦੂਜੇ ਪਾਸੇ ਰੇਲਵੇ ਵਿਭਾਗ ਨੇ ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਨੇ। ਰੇਲਵੇ ਸਟੇਸ਼ਨ ਦੇ ਉੱਤੇ ਇੱਕ ਮਹਿਲਾ ਟੀਟੀ ਦੀ ਸ਼ਰੇਆਮ ਦਬੰਗਈ ਦੇਖਣ ਨੂੰ ਮਿਲੀ ਹੈ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਕਿ ਮਾਮੂਲੀ ਗੱਲ ਨੂੰ ਲੈ ਕੇ ਇੱਕ ਵਿਦਿਆਰਥਣ ਦੇ ਨਾਲ ਟੀਟੀ ਦੀ ਬਹਿਸ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਸਟੇਸ਼ਨ ਦੇ ਉੱਤੇ ਹੀ ਉਸ ਮਹਿਲਾ ਟੀਟੀ ਦੇ ਵੱਲੋਂ ਵਿਦਿਆਰਥਣ ਦੇ ਥੱਪੜ ਮਾਰੇ ਜਾਂਦੇ ਨੇ। ਹਾਲਾਂਕਿ ਉਸ ਨੂੰ ਗੱਲ ਤੋਂ ਵੀ ਫੜਿਆ ਜਾਂਦਾ ਅਤੇ ਉਸ ਦੇ ਨਾਲ ਖਿੱਚ ਧੋ ਵੀ ਕੀਤੀ ਗਈ ਹੈ। ਤਾਂ ਤਸਵੀਰਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ। ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਕਿ ਤਿੰਨ ਮਹਿਲਾ ਟੀਟੀ ਇੱਕ ਸਟੇਸ਼ਨ ਦੇ ਉੱਤੇ ਖੜੀਆਂ ਨੇ ਤੇ ਇੱਕ ਵਿਦਿਆਰਥਣ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਹਾਲਾਂਕਿ ਉਸ ਵਿਦਿਆਰਥਣ ਨੂੰ ਕਦੇ ਗੱਲ ਤੋਂ ਫੜ ਕੇ ਖਿੱਚਿਆ ਜਾਂਦਾ ਤੇ ਕਦੇ ਉਸਦੇ ਥੱਪੜ ਮਾਰੇ ਜਾਂਦੇ ਨੇ। ਪਰ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਤੇ ਰੇਲਵੇ ਵਿਭਾਗ ਹਰਕਤ ਦੇ ਵਿੱਚ ਆਇਆ ਤੇ ਹੁਣ ਇਸ ਦੇ ਜਾਂਚ ਦੇ ਆਦੇਸ਼ ਦੇ ਦਿੱਤੇ ਨੇ। ਦਰਅਸਲ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਯੂਪੀ ਦੇ ਬਰੇਲੀ ਸਟੇਸ਼ਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਦਿਆਰਥਣ ਦੇ ਨਾਲ ਮਹਿਲਾ ਟੀਟੀ ਦੀ ਬਹਿਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਮਾਮਲਾ ਇੰਨਾ ਕੁ ਵੱਧ ਜਾਂਦਾ ਕਿ ਤਿੰਨ ਮਹਿਲਾ ਟੀਟੀ ਉੱਥੇ ਇਕੱਠੀਆਂ ਹੋ ਕੇ ਇਸ ਵਿਦਿਆਰਥਣ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਹਾਲਾਂਕਿ ਕੋਲ ਹੀ ਖੜ੍ਹੇ ਇੱਕ ਸ਼ਖਸ ਦੇ ਵੱਲੋਂ ਇਸਦੀ ਵੀਡੀਓ ਬਣਾਈ ਜਾਂਦੀ ਹੈ ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਗਈ ਹੈ। ਤਾਂ ਦੱਸ ਦਈਏ ਕਿ ਯੂਪੀ ਦੇ ਬਰੇਲੀ ਸਟੇਸ਼ਨ ਦੇ ਉੱਤੇ ਇੱਕ ਮਹਿਲਾ ਟੀਟੀ ਦੀ ਸ਼ਰੇਆਮ ਦਬੰਗਈ ਦੇਖਣ ਨੂੰ ਮਿਲੀ ਹੈ ਜਿੱਥੇ ਇੱਕ ਵਿਦਿਆਰਥਣ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਕਦੇ ਉਸਨੂੰ ਫੜ ਕੇ ਖਿੱਚਿਆ ਜਾਂਦਾ ਅਤੇ ਕਦੇ ਉਸਦੇ ਗਲਾਵਿਆਂ ਤੋਂ ਫੜ ਕੇ ਉਸਦੇ ਮੂੰਹ 'ਤੇ ਥੱਪੜ ਮਾਰੇ ਜਾਂਦੇ ਨੇ। ਤਾਂ ਇਹ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਦੂਜੇ ਪਾਸੇ ਰੇਲਵੇ ਵਿਭਾਗ ਨੇ ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਨੇ।